ਤੇਰੇ ਤੋਂ ਇਹ ਐਕਸਪੈਕਟੇਸ਼ਨਸ ਨਹੀਂ ਸੀਗੀ ਕਿ ਤੂੰ ਸੋਸ਼ਲ ਮੀਡੀਆ ਤੇ ਆਪ ਦਾ ਪੱਖ ਰੱਖੇ। ਆ ਜਾਂਦੀ ਸਕੋਰਪੀਓ ਬਾਈ ਜੀ, ਬੱਚੀਆਂ ਨੇ ਬਿੱਲੋ ਤੇਰੀ ਤੋਰ ਦੇ ਖੱਕੇ, ਚਾਹ ਲੈ ਤੀ ਮੈਨੂੰ ਬਹੁਤ ਮਹਿੰਗੀ, ਕਹਿੰਦਾ ਪੀ ਤਾਂ ਮੈਂ ਲੈਣੀ ਆ ਸਾਰੀ, ਮੂਤਰਾ ਹੀ ਨਿਕਲ ਜਾਣੀ। ਝਾੜੂ ਮਾਰਨ ਕਿੰਨੇ ਦਿਨ ਹੋ ਗਏ? ਨਹੀਂ ਯਾਰ, ਝਾੜੂ ਤਾਂ ਮਾਰ ਲੈ, ਇਹ ਝੂਠ ਬੋਲਦਾ। ਹਨੀ ਸੈਟੀ ਆ ਨਾ, ਤੇ ਉਹਦਾ ਮੈਟਰ ਚੱਲ ਰਿਹਾ ਵਾ ਆਪਦੀ ਵਾਈਫ ਨਾਲ। ਕੀ ਪ੍ਰੋਗਰਾਮ ਅੱਜ ਦਾ ਉਸਤਾਦ? ਕੋਈ ਪ੍ਰੋਗਰਾਮ ਨਹੀਂ ਯਾਰ। ਹੈ, ਚਲੀਏ ਫਿਰ ਬਾਹਰ, ਘਰ ਆ ਸੁੰਨਾ ਸੁੰਨਾ ਪਿਆ ਨਾ। ਕੱਲ ਚਿਕਨ ਦੇ ਕੀ ਲਾ ਦੇ ਤੂੰ ਲੋੜੇ? ਕੱਲ ਮਤਲਬ ਹੁਣ ਅਸੀਂ ਕੁਕਿੰਗ ਆਪ ਕਰਦੇ ਹਾਂ ਨਾ, ਅਤੇ ਘਰੇ ਕੋਈ ਨਹੀਂ ਹੈਗਾ, ਸਾਨੂੰ ਬੁੜੀਆਂ ਵਾਲੇ ਕੰਮ ਵੀ ਸਾਲੇ ਆਪ ਹੀ ਕਰਨੇ ਪੈਂਦੇ ਆ। ਅਤੇ 1.5 ਕਿਲੋ ਚਿਕਨ ਸੀਗਾ, ਮੈਂ ਕਹਿੰਦਾ 1.5-2 ਕਿਲੋ, ਅਤੇ ਕਹਿੰਦਾ ਮੈਂ ਬਣਾਉਣਾ। ਜੇਮਸ ਬੋਨ ਕਹਿੰਦਾ ਮੈਂ ਬਣਾਉਣਾ ਚਿਕਨ, ਉਹ ਅੱਜ ਥਈ ਤੜਕੇ ਦੀ ਸਮੈਲ ਹੈਗੀ ਆ ਭੈਣ, ਜੋ ਸਾਰਾ ਚਿਕਨ ਕਾਲਾ, ਇਹਦੀ ਕੌੜਾ ਬਣਿਆ, ਇਹਦੀ ਗਲਤੀ ਨਾਲ, ਇਹਦੀ ਗਲਤੀ ਨਾਲ ਬਣਿਆ ਉਹ। ਹਾਂ ਸਲੀਮ, ਕੀ ਕਰੀਏ, ਚੱਲ ਚੱਲੀਏ ਫਿਰ ਆਪਾਂ। ਅਤੇ ਬਲੌਗ ਅੱਜ ਦਾ ਜੀ, ਤੁਹਾਡਾ ਸਵਾਗਤ ਆ ਸਾਡੇ ਬਲੌਗ ਦੇ ਵਿੱਚ। ਅਤੇ ਹੁਣ ਆਪਾਂ ਬਲੌਗ ਸਟਾਰਟ ਕਰਦੇ ਹਾਂ, 5-10 ਮਿੰਟ ਦਾ ਛੋਟਾ ਜਿਹਾ ਵਲੌਗ, ਮਿੰਨੀ ਵਲੌਗ, ਜਾਣਾ ਕਿਤੇ ਨਹੀਂ, ਘਰ 'ਚ ਹੀ ਰਹਿਣਾ ਵਾ, ਦੇਖਦੇ ਕੀ ਮਾਹੌਲ ਬਣਦਾ, ਠੀਕ ਆ? ਅਤੇ ਜਿਹੜਾ ਮੁੱਦਾ ਚੱਲਦਾ ਆਪਣਾ ਦੱਸਦੇ ਤੁਹਾਨੂੰ ਬਾਅਦ ਵਿੱਚ, ਫਿਰ ਉਹਦੇ ਬਾਰੇ ਆਪਾਂ ਵਾਰਤਾਲਾਪ ਕਰਦੇ ਹਾਂ, ਠੀਕ ਆ? ਠੀਕ ਆ, ਓਕੇ। ਮੁੱਦੇ ਦੀ ਚੱਲ ਬਸ, ਉਸਤਾਦ ਜਾਣਾ ਤਾਂ ਇੱਥੇ ਆਪਾਂ, ਕੋਈ ਗੱਲ ਨਹੀਂ। ਨਹੀਂ ਬੁੱਧ ਥੋੜ੍ਹੀ ਕੀਤੀ, ਮੇਰਾ ਨਾਮ ਦਾ ਗਲਤ ਨਿਕਲ ਗਿਆ ਤਾਂ ਕਰਕੇ ਤੈਨੂੰ ਕਨਫਿਊਜ਼ਨ ਹੋ ਗਈ। ਕਹਿਣਾ ਸੀ ਮੈਂ, ਕੀ ਨਾਂ ਸੀ ਉਹ ਮੁੰਡੇ ਦਾ? ਹਨੀ, ਮੈਂ ਕਹਿਣਾ ਸੀ ਹਨੀ ਸੈਟੀ, ਅਤੇ ਕਿਹਾ ਗਿਆ ਮੇਰੇ ਤੋਂ ਰੋਹਿਤ ਸੈਟੀ। ਹੈ, ਰੋਹਿਤ ਸੈਟੀ ਨੂੰ ਲੱਗਿਆ ਕਿਤੇ ਬਾਲੀਵੁੱਡ ਵਾਲਾ ਬੰਦਾ ਹੈ ਨਾ। ਉਹ ਪੈਟਰੋਲ ਗੜੀ ਆ, ਫੋਰਡ ਦੀ ਗੜੀ ਆ, ਆ ਕਿਉਂ ਖੜੀ ਆ ਤੇ? ਤੇ ਉਹ ਖੜੀਆਂ ਆਪਣੀਆਂ ਫਿਰ। ਚੱਲ ਮਸਟੈਂਗ ਵੇਚ ਕੇ ਦੂਜੀਆਂ ਲੈ ਲਈ ਯਾਰ, ਫੈਮਲੀ ਵੱਡੀ ਆ। ਚੱਲ ਠੀਕ, ਲਓ ਵੀ ਮਿੱਤਰੋ, ਆ ਗਏ ਅਸੀਂ ਆਪਦੀ ਬਿਲਡਿੰਗ ਤੋਂ ਬਾਹਰ। ਮਾਹੌਲ ਏਦਾਂ ਦਾ ਕੁਛ ਮਾਹੌਲ ਯਾਰ, ਬਾਈ ਮੀਂਹ ਵਾਲਾ ਹੋ ਜਾਂਦਾ, ਮੀਂਹ ਪੈਂਦਾ ਨੀ ਗਾ, ਉਦੋਂ ਗੱਲ ਹੋ ਗਈ। ਹੁਣ ਟੀਕਾ ਇਹ ਲਾਉਂਦੇ ਨੀ, ਬੱਦਲਾਂ ਦੇ ਟੀਕੇ ਲਾਉਂਦੇ ਨੀ ਇਹ, ਤੇ ਹੁਣ ਇੰਜੈਕਟ ਕਰ ਦਿੰਦੇ ਸੀ, ਮੀਂਹ ਨੂੰ ਪੈ ਜਾਂਦਾ ਸੀ। ਇੰਨੀ ਗਰਮੀ ਤਾਂ ਨਹੀਂ ਪਿਛਲੇ ਤਿੰਨਾਂ ਚਾਰਾਂ ਸਾਲਾਂ ਤੋਂ? ਨਹੀਂ, ਇੰਨੀ ਗਰਮੀ ਨੀ ਹੋਣੀ, ਕਿਉਂਕਿ ਜਦੋਂ ਹੁੰਦੀ ਰਹੀ ਆ ਇਹ ਟੀਕਾ ਲਾਉਂਦਾ ਰਿਹਾ ਉੱਤੇ। ਪਿਛਲੇ ਥੋੜੇ ਕੁ ਮਹੀਨੇ ਪਹਿਲਾਂ ਫਲੱਡ ਆ ਗਿਆ, ਇਹ ਬੰਦੇ ਡਰ ਗਏ, ਫਿਰ ਇਹਨਾਂ ਨੇ ਨੀ ਇੰਜੈਕਟ ਕੀਤਾ, ਟੀਕਾ ਟੂਕਾ ਲਾਤਾ ਇਹਨਾਂ ਨੇ ਇੱਕ ਅੱਧਾ ਜ਼ਿਆਦਾ। ਮਾਹੌਲ ਦੇਖਣ ਨੂੰ ਵੀਡੀਓ ਵਿੱਚ ਐਂ ਲੱਗੂ ਜਿਵੇਂ ਬੱਦਲ ਵਾਹੀ ਆ, ਤੇ ਪੂਰਾ ਠੰਡਾ ਮੌਸਮ ਆ ਹਨਾ, ਲੇਕਿਨ ਪੂਰੀ ਅੱਗ ਵਹਿ ਰਹੀ ਆ ਅੰਦਰ ਬਾਹਰ ਯਾਰ। ਮੇਰੀਆਂ ਗੱਲਾਂ ਤੂੰ ਕਰਨੀ ਸਿੱਖ ਜਾ, ਤੂੰ ਲਾ ਰਿਹਾ ਕਰ, ਠੀਕ ਆ? ਫਿਰ ਉਹ ਬੰਦਾ ਕਹਿੰਦਾ ਨਾ ਗਲਤ ਮੌਲ, ਉਹ ਨਹੀਂ ਲੱਗਦਾ ਫਿਰ। ਮੈਂ ਚੱਲ ਆਈ, ਚਾਹ ਕਿੰਨਾ ਕੁ ਸੁਣ ਲੈਣਗੇ, ਦੱਸ ਕੇ ਜਾਣਾ। ਅੱਛਾ ਉਹ ਆਪਾਂ ਉਹ ਤੇਰੀ ਹੌਲੀ ਆ ਜਾਓ, ਹੌਲੀ ਆ ਜਾਓ, ਬਹੁਤ ਤੇਜ਼ ਜਨਤਾ ਆਉਂਦੀ ਹੈ। ਪਰ ਤੋ ਕੈਮਰੇ ਲੱਗੇ ਬਈ, ਆ ਸਰਵੀਲੈਂਸ ਕੈਮਰੇ ਲਾ ਦੇ ਬਈ, ਆ ਨਹੀਂ ਬੈਲਟ ਵਾਲੇ ਤੇ ਫੋਨ ਵਾਲੇ। ਅੱਛਾ, ਕੀ ਜਗ੍ਹਾ ਲੱਗ ਗਏ, ਮੈਂ ਰੇਡੀਓ ਤੇ ਸੁਣਿਆ। ਐਕਟਿਵ ਹੋ ਗਏ ਸਾਇਲੈਂਟ ਕੈਮਰੇ, ਕਿੰਨੇ
ਬੈਟਲ ਹੁੰਦੇ ਪਹਿਲਾਂ ਦੇਖਿਆ ਰਸ਼ ਪੈਂਦਾ ਅਸਲੀ ਮੈਂ ਪੀਕ ਟਾਈਮ ਲੋ ਵੀ ਆ ਗਏ ਸਲੀਨ ਦੇ ਸਹੁਰੇ ਮੇਰੇ ਤਾਂ ਮੌਜਾਂ ਦੀ ਸਾਰਿਆਂ ਨੂੰ ਪੈਸੇ ਦੇ ਕੇ ਆਇਆ ਤਾਂ ਪੈਸੇ ਲੈ ਕੇ ਆਇਆ ਦੇਣ ਲੈਣ ਚੱਲਦਾ ਰਹਿੰਦਾ ਹੁਣ ਪਤਾ ਨਹੀਂ ਦਿੱਤੇ ਆ ਪਤਾ ਨਹੀਂ ਲਏ ਆ ਆਪਣੇ ਵੱਲੇ ਤਾਂ ਗਏ ਆ ਚੱਲ ਫਿਰ ਮੱਖਣਾ ਚੱਲੀਏ ਫਿਰ ਚਲੋ ਜੀ ਆਪਾਂ ਇੱਥੇ ਆਏ ਸੀ ਥੋੜ੍ਹਾ ਜਿਹਾ ਕੰਮ ਅਤੇ ਨਾਲ ਹੀ ਆਪਣੇ ਘਰਾਂ ਦੇ ਨਾਲ ਹੀ ਇਹ ਸਿਸਟਮ ਅਤੇ ਗੱਲ ਹੈਗੀ ਇੱਦਾਂ ਆਪਣਾ ਇੱਕ ਮਿੰਟ ਇਹ ਵਲੌਗ ਦਾ ਸਟਾਰਟ ਕਰਨ ਦਾ ਅਸਲੀ ਪਰਪਸ ਮਕਸਦ ਇਹ ਆਪਣਾ ਕਿ ਜਿਹੜਾ ਹਨੀ ਸੇਟੀ ਜਿਹੜਾ ਮੁੰਡਾ ਹੈਗਾ ਲੁਧਿਆਣੇ ਦਾ ਅਸਲੀ ਠੀਕ ਆ ਅਤੇ ਜਿਹੜਾ ਲੁਧਿਆਣੇ ਦਾ ਮੁੰਡਾ ਲੁਧਿਆਣੇ ਏਰੀਏ ਦਾ ਹਨੀ ਸੇਟੀ ਹੈ ਨਾ ਅਤੇ ਉਹਦਾ ਮੈਟਰ ਚੱਲ ਰਿਹਾ ਵਾ ਆਪਦੀ ਵਾਈਫ ਨਾਲ ਕੋਈ ਤੀਜੇ ਬੰਦੇ ਦੇ ਕਰਕੇ ਮਤਲਬ ਉਹਦਾ ਭਰਾ ਭਰੂ ਆ ਵੀ ਯਾਰ ਦੋਸਤੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਅਤੇ ਦੱਸਾਂਗੇ ਮਤਲਬ ਗੱਲ ਕੀ ਆ ਠੀਕ ਆ ਵਲੌਗ ਜ਼ਰੂਰ ਦੇਖ ਲਿਓ ਐਂਡ ਤੱਕ ਅਤੇ ਤੁਹਾਨੂੰ ਪਤਾ ਵੀ ਲੱਗ ਜੂ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਚੰਗਾ ਜੀ ਮਿਲਦੇ ਹਾਂ ਫਿਰ ਰਾਹ ਦੇ ਵਿੱਚ ਬਾਬਾ ਹਾਸ ਕਿਉਂ ਖੜੀਆਂ ਨਾ ਇੱਕ ਦੂਜੇ ਨਾਲ ਲੱਗੀਆਂ ਕਿੰਨਾ ਪਿਆਰ ਆ ਕਾਰਾਂ ਦੇ ਵਿੱਚ ਮਿੱਤਰੋ ਸ਼ਾਰਜਾਲੇ ਦੁਬਈ ਬਹੁਤ ਕਰਦੇ ਆ ਇਸ ਵਕਤ ਸ਼ਾਰਦਿਆਂ ਨੂੰ ਜਿਹੜੀ ਮਰਜ਼ੀ ਸੜਕ ਜਾਂਦੀ ਹੋਵੇ ਏਦਾਂ ਹੀ ਪੈਕ ਮਿਲਣੀ ਆ ਅੱਛਾ ਵੀ ਇਹ ਜਦੋਂ ਵਰਕਿੰਗ ਡੇ ਹੁੰਦਾ ਛੁੱਟੀ ਵਾਲੇ ਦਿਨ ਵੀ ਬੈਗ ਚੱਕੀ ਇੱਧਰ ਨੂੰ ਤੁਰੇ ਫਿਰਦੇ ਫਿਰ ਰੋਡਾਂ ਤੇ ਰਸ਼ ਪਾਇਆ ਹੁੰਦਾ ਛੁੱਟੀ ਵਾਲੇ ਦਿਨ ਵੀ ਰਸ਼ ਪਾ ਲੈਂਦੇ ਆ ਬੇਟਾਇਮਾ ਜਿਹਾ ਰਸ਼ ਹੁੰਦਾ ਛੁੱਟੀ ਵਾਲੇ ਦਿਨ ਤਾਂ ਤੰਗ ਕੀਤਾ ਇਹਨਾਂ ਨੇ ਪਿਛਲੀ ਵਾਰ ਜਦੋਂ ਆਪਾਂ 2 ਸਾਲ ਪਹਿਲਾਂ ਕੱਲੇ ਰਹੇ ਸੀ ਤੇ ਸੁੱਖ ਨਾਲ ਕਦੇ ਰਹੇ ਨੀ ਹਨਾ ਯਾਰ ਬੜਾ ਉਹੀ ਬਣਾ ਲੈਂਦੇ ਸੀ ਖਾਣਾ ਮਿੰਟੋ ਮਿੰਟ ਪਤਾ ਕਿਉਂ ਮੈਂ ਦੱਸਦਾ ਤੈਨੂੰ ਦੱਸਦਾ ਆਪਾਂ 306 ਵਿੱਚ ਜਦੋਂ ਕੱਲੇ ਰਹਿੰਦੇ ਹੁੰਦੇ ਸੀਗੇ ਉਦੋਂ ਨਾਲ ਮੁੰਡੇ ਵੀ ਸੀਗੇ ਹਨਾ ਤੇ ਉਦੋਂ ਚੱਲਦਾ ਸੀ ਆਪਣਾ ਚੁੱਲ੍ਹਾ ਉਹੋ ਜਿਹੀ ਮੈਂਟੈਲਿਟੀ ਬਣੀ ਹੋਈ ਸੀ ਆਪਣੀ ਪਿਛਲੇ 2-3 ਮਹੀਨੇ 5-6 ਮਹੀਨੇ ਤੋਂ ਕੰਟੀਨਿਊ ਆਪਾਂ ਕਰਦੇ ਆਉਂਦੇ ਸੀ ਉਹ ਪ੍ਰੈਕਟਿਸ ਤਾਂ ਕਰਕੇ ਆਪਣੀ ਉਹ ਪ੍ਰੈਕਟਿਸ ਬਣੀ ਹੋਈ ਸੀ ਲੇਕਿਨ ਹੁਣ ਜੀ ਨਹੀਂ ਕਰਦਾ ਬਣਾਉਣ ਨੂੰ ਬਣਾਉਂਦੇ ਆ ਤੁਸੀਂ ਯਕੀਨ 1.5 ਕਿਲੋ ਚਿਕਨ ਦੀ ਮਾਂ ਭੈਣ ਕਰਤਾ ਕੱਲ ਸੁੱਟਿਆ ਸੀ ਚਿਕਨ ਤੇ ਤੁਸੀਂ ਕੌੜਾ ਕੌਣ ਬਣਾਉਂਦਾ ਹੁੰਦਾ ਕੌੜਾ ਚਿਕਨ ਬਣਾ ਲਿਆ ਸੀ ਯਕੀਨ ਮੰਨੋ ਵੱਧ ਪਾ ਲਈ ਬਈ ਨੂਣ ਵੱਧ ਪਾ ਲਿਆ ਕੌੜਾ ਕਰ ਲਿਆ ਤੁਸੀਂ ਯਕੀਨ ਮੰਨੋ ਮਤਲਬ ਇਹਦੇ ਬੈੱਡ ਦੀ ਬੈੱਡ ਸ਼ੀਟ ਉਵੇਂ ਪਈ ਆ ਮੇਰੇ ਬੈੱਡ ਦੀ ਬੈੱਡ ਸ਼ੀਟ ਉਵੇਂ ਨਾ ਬਲੈਂਕਟ ਸਹੀ ਆ ਝਾੜੂ ਮਾਰਨ ਨੂੰ ਕਿੰਨੇ ਕੁ ਦਿਨ ਹੋ ਗਏ ਨਹੀਂ ਯਾਰ ਝਾੜੂ ਤਾਂ ਮਾਰ ਲੈਂਦਾ ਇਹ ਝੂਠ ਬੋਲਦਾ ਝੂਠ ਬੋਲਦਾ ਯਾਰ ਇੱਦਾਂ ਛੱਡ ਕੇ ਮਾਰ ਦਿੰਦਾ ਪਰ ਕੱਲ ਮਾਰਿਆ ਪਤਾ ਨੀ ਭਾਂਡੇ ਮੈਂ ਮਾਂਜ ਕੇ ਆਇਆ ਹੁਣ
ਭਾਂਡੇ ਵੀ ਮਾਂਜਦੇ ਸੀ, ਕੰਨ ਕਾਲੇ ਦੇ ਮਾਂਜਦੇ ਸੀ, ਖਾਲੀ ਰੋਡ ਤੇ ਲਵਾਈ ਫਿਰਦੇ ਆ ਉਦੋਂ ਪਤਾ ਨੀ ਕਿਉਂ ਕਿਵੇਂ ਲੱਗ ਗਈ। ਚਲੋ ਦੇਰ ਡਿਸਾਈਡ ਕਰਦਾ, ਹੁਣ ਤਾਂ ਅਸੀਂ ਵੈਸੇ ਚਾਹ ਪੀਣ ਲੱਗੇ ਇੱਥੇ। ਕਿਹੜੀ ਦੁਬਈ ਚ ਕਿਹੜੀ ਫੇਮਸ ਆ? ਕਰਕ ਮਾਹੌਲ ਕਿਥੋਂ ਕਰਕ ਮਿਲਦੀ ਆ? ਕਰਕ ਮਿਲਦੀ ਆ ਕਰਕ ਲੋ ਵੀ ਮਿੱਤਰੋ ਇੱਥੇ ਮੌਤ ਦੇ ਨਾਚ ਆਏ ਰਿਹਾ ਨੀ ਕਿਤੇ ਨੇ ਰਾਹ ਦੇਣਾ ਹੁਣ ਜੇ ਤੂੰ ਹੱਥ ਦੇ ਦਵੇ ਮੈਨੂੰ ਥੱਲੇ ਨੂੰ ਕਰਕੇ ਆ ਦੇਖ ਜੇ ਮਾੜੀ ਗੱਡੀ ਆ ਤੇਰੇ ਕੋਲੇ ਬਾਈ ਫੇਰ ਤਾਂ ਗਾਲ ਇੱਕ ਮੀਟਰ ਦੀ ਆ ਇਹਨਾਂ ਦੀ ਹੌਰਨ ਤੋਂ ਹੱਥ ਨੀ ਚੱਕਦੇ ਫੇਰ ਗੱਲ ਸਹੀ ਆ ਤੇਰੀ ਫੇਰ ਐ ਕੱਢ ਕੇ ਲੈ ਕੇ ਜਾਣੀ ਹੁੰਦੀ ਆ ਮਾਰ ਸੁੱਟ ਉਧਰ ਮੈਂ ਕਰ ਟਰੈਕ ਚੇਂਜ ਦੱਬ ਦੇ ਮਾਰ ਲੈਫਟ ਫੇਰ ਹੁਣ ਇੱਧਰ ਨੂੰ ਚਾਹ ਲੈਤੀ ਮੈਨੂੰ ਬਹੁਤ ਮਹਿੰਗੀ ਕਹਿੰਦਾ ਪੀ ਤਾਂ ਮੈਂ ਲੈਣੀ ਸਾਰੀ ਮੂਤਰਾ ਹੀ ਨਿਕਲ ਜਾਣੀ ਸਾਰੀ ਰੁਪਈਏ ਵਾਲੀ ਚਾਹ ਇਹਨੇ ਦਵਾਈ ਆ ਦਸਾਂ ਚ ਹੁਣ ਘੁੱਟ ਪਰ ਕੇ ਕਹਿੰਦਾ ਚਾਹ ਦਾ ਸਵਾਦ ਆ ਮੈਂ ਕਿਹਾ ਮਾੜੀ ਹੋ ਹੀ ਨੀ ਸਕਦੀ ਮਹਿੰਗੀ ਇੰਨੀ ਮਹਿੰਗੀ ਨੂੰ ਮਾੜੀ ਕਿਵੇਂ ਕਹਿ ਦਈਏ ਉਹ ਨਾਰਮਲ ਜਿਹੜੀ ਚਾਹ ਲੈਂਦੇ ਆਪਾਂ ਉਹ ਕੜਕ ਹੁੰਦੀ ਆ ਇੱਕ ਤਰ੍ਹਾਂ ਦੀ ਮਿਲ ਜਾਂਦੀ ਆ ਤੂੰ ਕਿਉਂ ਰੋਕੀ ਫਿਰਦਾ ਆਪਾਂ ਨੂੰ ਵਾਹ ਦੇਣਗੇ ਤੇ ਉਹ ਇੱਕ ਤਰ੍ਹਾਂ ਦੀ ਹੁੰਦੀ ਆ ਤੇ ਸਾਨੂੰ ਦਸਾਂ ਚ ਪੈ ਗਈ ਅੱਜ ਪਤਾ ਨੀ ਕਿਹੜੇ ਖੋਕੇ ਤੇ ਜਾ ਅੱਜ ਨਹੀਂ ਨਹੀਂ ਐਵੀ ਮਾਰੀ ਜਾਂਦਾ ਹਾਲਾ ਇੰਨੀ ਵਧੀਆ ਚਾਹ ਵਾ ਹਾਲਾ ਇਦੂ ਵਧੀਆ ਚਾਹ ਨੀ ਮਿਲਣੀ ਤੈਨੂੰ ਇੰਨੀ ਮਹਿੰਗੀ ਉਹਨਾਂ ਚ ਮਸਾਲੇ ਮਸੂਲੇ ਪਾਏ ਹੁੰਦੇ ਚ ਕੱਲੀ ਚਾਹ ਪੱਤੀ ਤੇ ਦੁੱਧ ਪਾਇਆ ਇੰਨੀ ਮਹਿੰਗੀ 10 ਦਰਾਮ ਨਹੀਂ ਯਾਰ ਅਸਲੀ ਉਹ ਇੰਡੀਆ ਚ 20 ਰੁਪਏ ਦਾ ਕੱਪ ਆ ਜਾਂਦਾ ਮੰਨ ਜਾਣਾ ਇੰਡੀਆ ਦੀ ਤਾਂ ਕਿਆ ਰੀਸਾਂ ਨੀ ਕਿਆ ਰੀਸਾਂ ਇੰਡੀਆ ਦੀਆਂ ਇੰਡੀਆ ਦਾ ਅੱਤ ਘੈਂਟ ਆ ਕੰਟਰੀ ਚਲੋ ਘਰੇ ਪਹੁੰਚੇ ਫਿਰ ਹੁਣ ਟ੍ਰੈਫਿਕ ਨੂੰ ਚੇਂਜ ਕਰਦੇ ਕਰਦੇ ਅਸੀਂ ਇੱਦਾਂ ਹੀ ਆ ਹੁਣ ਅੱਧਾ ਘੰਟਾ ਏਦਾਂ ਹੀ ਅੱਧਾ ਘੰਟਾ ਲੱਗੂ ਸਾਨੂੰ ਘਰੇ ਪਹੁੰਚ ਕੇ ਫਿਰ ਤੁਹਾਨੂੰ ਦੱਸ ਦਿਆਂ ਵਾਰਤਾਲਾਪ ਕਰਦੇ ਹਾਂ ਵਧੀਆ 10 ਮਿੰਟ ਦੀ ਵਾਰਤਾਲਾਪ ਗੱਡੀਆਂ ਬੱਚੀਆਂ ਨੇ ਬਿੱਲ ਤੇਰੀ ਤੋਰ ਦੇਖ ਕੇ ਲੱਗੀਆਂ ਪ੍ਰੀਮਸ ਸਕੋਰਪੀ ਆਪਣੇ ਪੰਜਾਬ ਚ ਵਧੀਆ ਗੱਡੀ ਆ ਹਨਾ ਬਾਈ ਘੈਂਟ ਮੰਨੀ ਜਾਂਦੀ ਆ ਪੂਰੀ ਪੂਰੀ ਪ੍ਰੋਪਰ ਹਨਾ ਪੂਰੀ ਠੀਕ ਆ ਵਧੀਆ ਤੇ ਦਵਾਈ ਦੇ ਵਿੱਚ ਦਿਖਾਵਾਂ ਤੈਨੂੰ ਮੈਂ ਚੱਲ ਦਿਖਾਉਣਾ ਇੱਕ ਮਿੰਟ ਰੁਕ ਹੈ ਆਖਰੀ ਸਕੋਰਪੀ ਉਹ ਬਈ ਪਿਕਅਪ ਬਣਾਈ ਪਈ ਉਹਦੇ ਚੱਲ ਨੇੜਿਓ ਕਰਕੇ ਦਿਖਾਉਣਾ ਨੇੜਿਓ ਦੇਖ ਲਈ ਜੇ ਜਾਣ ਦੋ ਤਾਂ ਹੀ ਨੇੜਿਓ ਦਿਖਾਵਾ ਆਹ ਪਤਾ ਨਹੀਂ ਕਿਹੜਾ ਲਾਇਸੈਂਸ ਲਈ ਫਿਰਦਾ ਉਹ ਦਿਖਾਉਣਾ ਖਾਲੀ ਮਾਰ ਲੈਟਾਂ ਯਾਰ ਆ ਜਾਂਦੀ ਸਕੋਰਪੀਓ ਬਾਈ ਜੀ ਬੋਲੀ ਅੱਛੀ ਬ੍ਰੇਕ ਲਾਈ ਜਾਂਦਾ ਇਹ ਆ ਤੁਹਾਡੀ ਵੀ ਸਕੋਰਪੀਓ ਮਖਣੋ
ਗੱਲ ਕਰਨੀ ਸੀਗੀ ਹੈ ਸਲੀਮ ਹਨੀ ਸਿੰਘ ਦਾ। ਪਹਿਲਾਂ ਤਾਂ ਮੈਂ ਰੋਹਿਤ ਸ਼ੇਟੀ ਕਹਿਤਾ ਸੀਗਾ ਹਨਾ, ਉਹ ਹਨੀ ਸੇਠੀ, ਹਨੀ ਸੇਠੀ ਆ। ਤੇ ਉਹਦਾ ਮਸਲਾ ਚੱਲ ਰਿਹਾ, ਉਹਦੀ ਵਾਈਫ ਨਾਲ ਕੋਈ 3600 ਗੱਲਬਾਤ ਹੋ ਜਾਂਦੀ ਆ ਪਰਿਵਾਰ ਦਾ, ਭਾਈ ਦਾ, ਉਹਦੀ ਵਾਈਫ ਦਾ ਤੇ ਇਹਦਾ, ਕੋਈ ਯਾਰ ਦੋਸਤ ਆ ਹਨਾ, ਜੋ ਸੋਸ਼ਲ ਮੀਡੀਆ ਦੇ ਭਾਈ ਨੇ ਕੁਛ ਇੱਦਾਂ ਕੀਤਾ ਜੋ ਉਹਦੀ ਸਾਨੂੰ ਕੁਛ ਨਹੀਂ ਪਤਾ, ਨਾ ਹੀ ਆਪਾਂ ਇਹਨਾਂ ਤੋਂ ਕੁਛ ਲੈਣਾ ਦੇਣਾ ਹਨਾ, ਨਾ ਕੋਈ ਗੱਲ ਹੋਰ ਆ, ਨਾ ਇੰਟਰਸਟ ਆ ਅੱਗੇ ਦੇਖਣ ਦਾ, ਨਾ ਅਸੀਂ ਸਾਡਾ ਅਸੂਲ ਆ, ਨਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਵੀਡੀਓ ਆਵੇ ਨਾ, ਕਿਸੇ ਦੀ ਲੀਕ ਹੋਈ ਵੀਡੀਓ ਵੀ ਸਾਡੇ ਮੈਸੇਜ ਦੇ ਵਿੱਚ ਆਵੇ ਜਾਂ ਕੋਈ ਇਹੋ ਜਿਹੀ, ਅਸੀਂ ਇੰਟਰਸਟ ਨਹੀਂ ਲੈਂਦੇ, ਨਾ ਅੱਗੇ ਅਸੀਂ ਫੋਰਵਰਡ ਕਰਦੇ ਹਾਂ, ਨਾ ਕੁਛ ਹੋਰ। ਸਾਡਾ ਮਕਸਦ ਸਿਰਫ ਇਹ ਆ, ਪਹਿਲਾਂ ਤਾਂ ਹਨੀ ਸੇਠੀ ਨੂੰ ਕਿ ਯਾਰ ਬਾਈ ਤੂੰ ਬਹੁਤ ਫੇਮਸ ਬੰਦਾ, ਇੱਕ ਸੋਸ਼ਲ ਵਰਕਰ ਆ, ਲੋਕਾਂ ਦੀ ਸੇਵਾ ਕਰਦਾ, ਅਤੇ ਅਸੀਂ ਤੇਰੀਆਂ ਵੀਡੀਓ ਦੇਖਦੇ ਹੁੰਦੇ ਹਾਂ ਨਾ, ਅਤੇ ਮਾੜੀ ਗੱਲ ਨਹੀਂ ਕਰਦਾ ਤੂੰ, ਓਕੇ ਆ। ਅਤੇ ਤੂੰ ਇਹ ਐਕਸਪੈਕਟੇਸ਼ਨਸ ਨਹੀਂ ਸੀਗੀ ਕਿ ਤੂੰ ਸੋਸ਼ਲ ਮੀਡੀਆ 'ਤੇ ਆਪਦਾ ਪੱਖ ਰੱਖੇ, ਰੱਖਣ ਦੀ ਲੋੜ ਨਹੀਂ, ਇਹ ਘਰ ਦਾ ਮੈਟਰ ਆ, ਬਿਲਕੁਲ ਘਰ ਦਾ ਮੈਟਰ ਆ ਇਹ। ਤੁਸੀਂ ਚਾਰ ਦੀਵਾਰੀ ਦੇ ਵਿੱਚ ਆਪਦਾ ਘਰ, ਸਹੁਰਾ ਘਰ ਆ ਤੁਹਾਡਾ, ਆਪਦਾ ਘਰ ਆ, ਉੱਥੇ ਬੈਠੋ, ਚਾਰ ਬੰਦੇ ਇਕੱਠੇ ਹੋਵੋ, ਆਪਦਾ ਨਿਬੇੜਾ ਕਰ ਲਓ ਯਾਰ, ਹੈ। ਸੋਸ਼ਲ ਮੀਡੀਆ 'ਤੇ ਤੁਹਾਨੂੰ ਆਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਆਪਾਂ ਜਿਹੜੇ ਚੰਗੇ ਪਰਿਵਾਰ ਹੁੰਦੇ ਆ ਨਾ, ਅਤੇ ਉਹਨਾਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਬਾਈ ਮੈਂ ਨਾ ਦੇਖੀ ਸੀ ਕੱਲ੍ਹ ਵੀਡੀਓ ਹਨੀ ਸੇਠੀ ਦੀ ਵਾਈਫ ਦੀ, ਬੋਲ ਰਹੀ ਸੀ ਕੁਛ, ਦੋ ਕਮੈਂਟ ਸੁਣੀ, ਉਹਦੇ ਵਿੱਚ ਚੱਲ ਜੋ ਉਹਦੇ ਨਾਲ ਹੋਇਆ, ਕੀਤਾ ਜਾਂ ਨਹੀਂ ਕੀਤਾ, ਉਹਨਾਂ ਹੋਇਆ ਜਾਂ ਨਹੀਂ ਹੋਇਆ ਆਪਾਂ ਨੂੰ ਨਹੀਂ ਪਤਾ ਹੈ ਨਾ, ਵਟ ਐਵਰ, ਬਟ ਜੋ ਵੀ ਲੱਗਿਆ ਉਹ 'ਚ ਮੈਨੂੰ ਕੋਈ ਵੀ ਇਹੋ ਜਿਹੀ ਗੱਲ ਨਹੀਂ ਲੱਗੀ ਕਿ ਆਪਾਂ ਚੱਕ ਕੇ ਕੈਮਰਾ ਪਾ ਦਈਏ। ਅੱਜ ਕੱਲ੍ਹ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਕੋਈ ਵੀ ਮੈਟਰ ਹੁੰਦਾ ਪਰਸਨਲ ਮੈਟਰ, ਚੱਕ ਕੇ ਕੈਮਰਾ ਫਟਾਫਟ ਪਾ ਦਿਓ, ਪਾ ਦਿੰਦੇ, ਉਹਨਾਂ ਮਸਲੇ ਹੱਲ ਹੋਣੇ। ਹੱਲ ਤਾਂ ਹੁਣ ਵੀ ਉੱਦਾਂ ਹੀ ਹੋਣਾ ਤੁਹਾਡਾ ਜਿਵੇਂ ਹੁਣ ਹੋਊਗਾ, ਜਾ ਕੇ ਪੰਚਾਇਤਾਂ ਬੈਠ ਕੇ, ਘਰ ਦੇ ਬੈਠ ਕੇ, ਉਵੇਂ ਹੱਲ ਹੋਊਗਾ। ਉਹਨੂੰ ਕੁੜੀ ਨੂੰ ਕਰਨਾ ਚਾਹੀਦਾ ਸੀ ਜਾ ਕੇ, ਹਨੀ ਸੇਠੀ ਨੂੰ ਕਹਿੰਦੀ ਆਪਦੇ ਮਾਂ ਪਿਓ ਨੂੰ ਲਿਆਉਂਦੀ, ਇਹਨਾਂ ਦੇ ਮਾਂ ਪਿਓ ਨੂੰ ਲਿਆਉਂਦੀ, ਬੈਠ ਕੇ ਗੱਲ ਨਿਬੜ ਜਾਣੀ ਸੀ, ਖਤਮ ਹੋਣੀ ਸੀ, ਤੂੰ ਰਹਿਣਾ ਸੀ ਨਹੀਂ ਰਹਿਣਾ ਸੀ, ਤੂੰ ਉਹਨੂੰ ਸਜ਼ਾ ਦਵਾਉਣੀ ਸੀ ਥਾਣੇ ਚੱਲੀ ਜਾਂਦੀ, ਠੀਕ ਆ, ਰਹਿਣਾ ਸੀ ਨਹੀਂ ਰਹਿਣਾ ਸੀ, ਉੱਥੇ ਹੀ ਨਿਪਟਾਰਾ ਹੋ ਜਾਣਾ ਸੀ। ਨਾਲੇ ਵੱਡਿਆਂ ਨੇ ਬਾਈ ਦੋ ਗੱਲਾਂ ਚੰਗੀਆਂ ਕਰਕੇ ਹੀ ਇਹਨਾਂ ਦੇ ਕੰਨ 'ਚ ਪਾ ਕੇ ਹੀ ਠਾਉਣਾ ਸੀ। ਅੱਜ ਕੱਲ੍ਹ ਆਹ ਚੱਕ ਲੈਂਦੇ ਆ ਫੋਨ, ਰਾਹ ਕਰਤਾ, ਇਹਨੇ ਕੀ ਕਰਨਾ ਤੁਹਾਡਾ, ਇਹਦਾ ਹੱਲ ਕਰਨਾ ਇਹਨੇ, ਅਸੀਂ ਕੁਛ ਨੀ ਕਰਨਾ ਇਹਨੇ, ਉਹ ਅਸੀਂ ਤਾਂ ਮਜ਼ੇ ਲੈਣੇ ਆ ਦੇਖਣ ਵਾਲਿਆਂ ਨੇ, ਹੈ। ਪਹਿਲਾਂ ਅਗਰ ਆਪਾਂ ਦੇਖੀਏ, ਅਗਰ ਲੇਡੀਜ਼ ਆ, ਪਹਿਲਾਂ ਤੇਰੀ ਵਾਈਫ ਨੂੰ ਫਿਰ ਮਹੱਲੇ ਵਾਲੇ ਜਾਣਦੇ ਹੋਣੇ ਆ ਵੀ ਚੱਲ ਯਾਰ ਉਹਨਾਂ ਦੀ ਕੁੜੀ ਆ, ਬਹੂ ਆ, ਧੀ ਆ, ਭੈਣ ਆ, ਹਨਾ, ਰਿਸ਼ਤੇਦਾਰ ਜਾਣਦੇ ਹੋਣਗੇ, ਠੀਕ ਆ। ਹੁਣ ਸੋਸ਼ਲ ਮੀਡੀਆ ਤੁਹਾਡੀ ਮਿਲੀਅਨਸ ਦੇ ਵਿੱਚ ਰੀਚ ਹੁੰਦੀ ਆ, ਨਾਲੇ ਜਿਹੋ ਜਿਹਾ ਆਪਾਂ ਪਬਲਿਕ, ਇਹਨੂੰ ਲੋਕਾਂ ਨੇ ਜ਼ਿਆਦਾ ਪਬਲਿਕ ਸਟੰਟ ਹੀ ਕਹਿਣਾ ਵਾ, ਠੀਕ ਆ, ਤੂੰ ਲੋਕਾਂ ਦੇ ਕਹਿਣਾ ਵਾ, ਹਾਂ, ਜਿਵੇਂ ਤੂੰ ਕਹਿ ਦਿੰਦਾ ਬਈ ਤੁਸੀਂ ਪਬਲਿਕ ਸਟੰਟ ਮਾਰਦੇ ਜਾਂ ਇਦਾਂ, ਉਹ ਚੀਜ਼ ਦੇ ਵਿੱਚ ਉਹ ਗੇੜ 'ਚ ਤੂੰ ਵੀ ਆ ਗਿਆ, ਤੂੰ ਵੀ ਆ ਗਿਆ, ਹਨਾ। ਇਹ ਆਪਾਂ ਨਹੀਂ ਕਹਿੰਦੇ ਬਈ ਉਹਨੇ ਜਾਣ ਕੇ ਕੀਤਾ ਨਹੀਂ ਕੀਤਾ, ਮੈਨੂੰ ਲੱਗਦਾ ਵੀ ਨਹੀਂ ਕੀਤਾ ਹੋਇਆ, ਵਟ ਐਵਰ, ਬਟ ਇਹ ਮੈਟਰ ਨਹੀਂ ਯਾਰ ਆਪਦੇ। ਇਹਦੇ ਥਰੂ ਦੇ ਵਿੱਚ ਇੱਕ ਗੱਲ ਇਹ ਆ ਬਈ ਐਡ ਕਰਨੀ, ਜਿਹੜਾ ਆਪਣਾ ਵਾ ਸਾਨੂੰ ਨੀ ਪਤਾ ਇਹ ਵੀਡੀਓ ਸਾਡੀ ਦੋ ਨੇ ਦੇਖਣੀ, ਚੌ ਨੇ ਦੇਖਣੀ, ਸੌ ਨੇ ਦੇਖਣੀ ਆ, ਇਹ 'ਚ ਇਹੀ ਆ ਬਈ ਹਰ ਗੱਲ ਕੈਮਰੇ 'ਤੇ ਨਹੀਂ ਰੱਖੀ ਦੀ, ਤੇ ਦੂਜਿਆਂ ਨੂੰ ਵੀ ਆ, ਕੱਲ ਨੂੰ ਪਤਾ ਨੀ ਕਿਹਦੇ ਘਰ 'ਚ ਕੀ ਹੋ ਜਾਣਾ, ਕੀ ਹੋ ਜਾਣਾ, ਹਰ ਇੱਕ ਦੇ ਘਰ 'ਚ ਹੁੰਦਾ ਕਲੇਸ਼ ਯਾਰ, ਕੀ ਹੁੰਦਾ, ਭਾਂਡੇ ਹੁੰਦੇ ਨਾ ਖੜਕਦੇ ਹੁੰਦੇ ਆ, ਉਹ ਖੜਕਣ ਵਾਲੇ ਭਾਂਡੇ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਨਹੀਂ ਰੱਖਣੇ, ਆਪਦੇ ਘਰ ਦੇ ਵਿੱਚ ਆਪਦਾ ਨਿਪਟਾਰਾ ਕਰੋ।
ਤੇਰੀ ਜੋ ਸ਼ਖਸੀਅਤ ਆ ਲੋਕਾਂ ਨੂੰ ਪਤਾ ਤੇਰੇ ਬਾਰੇ ਉਹੀ ਰਹਿਣੀ ਹੈ, ਠੀਕ ਆ, ਤੈਨੂੰ ਲਾਈਵ ਹੋ ਕੇ ਜਾਂ ਹੋ ਕੇ ਉਹ ਨਿਊਜ਼ ਵਾਲੇ ਪੇਜਾਂ ਵਾਲੇ ਹਨੀ ਸੇਠੀ ਹੋਇਆ ਲਾਈਵ, ਆਪਦਾ ਪੱਖ ਰੱਖਣ ਲਈ ਹਨੀ ਸੇਠੀ ਹੋਇਆ ਲਾ। ਅਗਰ ਤਾਂ ਬਾਈ ਤੁਹਾਨੂੰ ਇਹ ਚੀਜ਼ ਚੰਗੀ ਲੱਗਦੀ ਹੈ ਵੀ ਸੁਣਨਾ ਤੁਹਾਨੂੰ ਆਪਦੇ ਬਾਰੇ ਕਿ ਦੂਜੇ ਪੇਜ ਐਂ ਟੋਕ ਕਰ ਰਹੇ ਨੇ, ਫਿਰ ਤਾਂ ਬੇਸ਼ੱਕ ਦੀ ਲਾਈਵ ਹੋ ਕੇ ਆਪਦਾ ਹੋਰ ਵੀ ਪੱਤ ਰੋਲੋ ਤੁਸੀਂ, ਇਹ ਨਿਪਟ ਦਾ ਹੁੰਦਾ ਬਾਈ, ਠੀਕ ਆ, ਇਹ ਨਿਪਟਣਾ ਤਾਂ ਹੈ, ਇਹਨੇ ਪੱਖ ਰੱਖ ਦੇਣਾ ਉਹਨੇ ਪੱਖ ਰੱਖ ਦੇਣਾ, ਐਂਡ ਤੇ ਉਹ ਗੱਲ ਸਹੀ ਆ, ਐਂਡ ਤੇ ਟੇਬਲ ਟੋਕ ਹੀ ਹੋਣੀ ਆ ਤੁਹਾਡੀ, ਟੇਬਲ ਟੋਕ ਤੇ ਹੀ ਟੇਬਲ ਤੇ ਹੀ ਬਹਿ ਕੇ ਗੱਲ ਦਾ ਸੋਲੂਸ਼ਨ ਨਿਕਲਣਾ। ਜੇ ਤੁਸੀਂ ਕਹੋ ਉਹਨੇ ਮੈਨੂੰ ਭੰਡਤਾ ਮੈਂ ਵੀ ਭੰਡਦਾ, ਗੱਲ ਨਹੀਂ ਬਣਨੀ, ਇਹਦਾ ਐਂਡ ਹੀ ਹੈ ਨਹੀਂਗਾ, ਸੋਸ਼ਲ ਮੀਡੀਆ ਦੀ ਲੜਾਈ ਦਾ ਐਂਡ ਹੀ ਹੈ ਨਹੀਂਗਾ, ਪਾਣੀ ਪਾਉਣ ਵਾਲੀ ਗੱਲ ਆ। ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਸਾਡੇ ਵੱਲੋਂ ਤਾਂ ਇਹੀ ਸਲਾਹ ਤੈਨੂੰ ਲਾਈਵ ਹੋ ਕੇ ਅੱਗੇ ਫਰਦਰ ਜੋ ਵੀ ਆ ਮੈਸੇਜ ਦੇਣ ਦੀ ਲੋਕਾਂ ਨੂੰ ਕੋਈ ਲੋੜ ਨਹੀਂ ਵੀ ਮੈਂ ਇੱਦਾਂ ਵਾਂ, ਉਹਨੇ ਇੱਦਾਂ ਕੀਤਾ, ਮੈਂ ਇੱਦਾਂ ਕੀਤਾ ਹੈ, ਕੋਈ ਤੀਜਾ ਬੰਦਾ ਤੇਰਾ ਯਾਰ ਦੋਸਤ ਹੀ ਹੈ ਨਾ, ਅਤੇ ਉਹਨੂੰ ਤੁਸੀਂ ਕਿ ਕੱਟ ਕਰੋ ਬਾਈ, ਐਂਟਰਫੇਅਰ ਹੀ ਨਾ ਕਰੋ, ਸਾਲੇ ਨੂੰ ਬੰਦ ਕਰੋ, ਅਗਰ ਤੁਹਾਨੂੰ ਨਹੀਂ ਤੁਹਾਡੀ ਫੈਮਿਲੀ 'ਚ ਵਿਗਾੜ ਪੈ ਰਿਹਾ ਉਹਦੇ ਕਰਕੇ ਤਾਂ ਮਜਾਜ ਲਈ ਕੀ ਆ, ਉਹ ਮਤਲਬ ਦਰਵਾਜ਼ੇ 'ਚ ਆ ਕੇ ਤੁਹਾਡੇ ਖੰਘ ਵੀ ਆਵੇ ਜਾਂ ਝਾਕ ਵੀ ਆਵੇ, ਠੀਕ ਹੈ, ਨਪਟਾਓ ਅਤੇ ਬਾਈਕਾਟ ਕਰੋ, ਨਹੀਂ ਬਾਈ ਅੱਜ ਤੋਂ ਤੇਰਾ ਰਾਹ ਅਲੱਗ ਮੇਰਾ ਅਲੱਗ, ਬਸ ਜੇ ਉਹਦੇ ਨਾਲ ਨਹੀਂ ਹੁੰਦਾ ਘਰ ਵਾਲੀ ਨਾਲ ਨਪਟਾਓ, ਛੱਡ ਚੜੀ ਜਾ ਹੁੰਦਾ ਉਵੇਂ ਨਵੇੜ ਲਓ, ਨਹੀਂ ਤਾਂ ਅੰਦਰ ਬਹਿ ਕੇ ਸਾਰੀ ਗੱਲ ਸੁਲਝ ਜਾਂਦੀ। ਬਾਕੀ ਤੁਹਾਨੂੰ ਤੁਹਾਡਾ ਆਪਦਾ ਪਤਾ ਬਾਈ, ਸਾਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡੀ ਲੜਾਈ ਨਾਲ, ਕਿਉਂਕਿ ਸਾਡੇ ਮੂਹਰੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਆਉਂਦੀਆਂ ਨੇ ਤਾਂ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਇਹ, ਅਤੇ ਇਹਨੂੰ ਨਾ ਸੋਸ਼ਲ ਮੀਡੀਆ ਮਤਲਬ ਸੋਸ਼ਲ ਮੀਡੀਆ ਵਾਲਾ ਡਰਾਮਾ ਨਾ ਬਣਾਓ ਯਾਰ, ਤੁਹਾਡੇ ਆਪਦੇ ਘਰ ਦੀ ਲੜਾਈ ਆ, ਅੰਦਰ ਬਹਿ ਕੇ ਲੜਾਈ ਤੂੰ ਸਮਝਦਾਰ ਬੰਦਾ ਲੱਗਦਾ, ਸਮਝਦਾਰ ਬੰਦਾ ਯਾਰ, ਬਿਜ਼ਨਸ ਤੋਰਿਆ ਸਾਰੀ ਚੀਜ਼ ਦੇਖੀ ਆ, ਦੁੱਖ ਸੁੱਖ ਤੂੰ ਅਪ ਐਂਡ ਡਾਊਨ ਖੁਦ ਹੀ ਮੂੰਹੋਂ ਬੋਲ ਕੇ ਦੱਸਿਆ, ਔਰ ਇੰਨਾ ਵਧੀਆ ਤੂੰ ਬਿਜ਼ਨਸ ਆਪਦਾ ਖੜਾ ਕੀਤਾ, ਸਾਰਾ ਕੁਛ ਤੂੰ ਕੀਤਾ ਦੇਖਿਆ, ਪਰ ਆ ਗਲਤੀ ਅੱਗੇ ਤੋਂ ਨਾ ਰਿਪੀਟ ਕਰੀ ਬਾਈ ਬਣਿਆ। ਚਲੋ ਰੱਖੀਏ ਫਿਰ ਹੁਣ ਆਪਾਂ, ਚਲੋ ਵੀਰੇ ਆਹੀ ਗੱਲ ਸੀ, ਚਲੋ ਮਿਲਦੇ ਹਾਂ ਫਿਰ। ਓਏ ਹਾਂ ਬਈ, ਕੀ ਪ੍ਰੋਗਰਾਮ ਆ ਨਾਈਟ ਦਾ, ਕੀ ਬਣਾ ਰਹੇ ਆ? ਆਪਣਾ ਰੈਡੀ ਹੋਣ ਲੱਗਿਆ ਵਾ ਤੇ ਆਪਾਂ ਬਹਿ ਗਏ ਆ ਕੇ ਬਾਈ ਦੇ ਸਰਾਣੇ, ਪਤਾ ਨੀ ਯਾਰ ਸਵਾਦ ਵੀ ਨੀ ਬਣਨੀ ਫਿਰ ਪਿਛਲੇ 7 ਦਿਨਾਂ ਤੋਂ ਚੱਲਦਾ ਤਾਂ ਬਾਹਰਲਾ ਹੀ ਆ, ਹੋ ਜੇ ਫਿਰ ਮੈਗੀ ਸ਼ੈਗੀ, ਚੱਲ ਬਈ। ਚਲੋ ਜੀ, ਹੋਪਸੋ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤੇ ਸੁਣ ਲਿਓ ਗੱਲਾਂ ਬਾਤਾਂ ਆਪਣੇ ਦਿਲ ਦੀਆਂ ਕੀਤੀਆਂ ਨੇ, ਤੇ ਵਧੀਆ ਲੱਗੂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਬਬਾਸ ਕਰ ਦਈਏ ਫਿਰ, ਬਾਏ ਬਾਏ ਟਾਟਾਸ, ਬਬਾਸ, ਓਕੇ।